ਮੇਰਾ ਪਛੋਕੜ ਜੇ ਸਮਝ ਲਓ ਕਿ ਮੇਰਾ ਡੀਐਨਏ ਕਰਾ ਲਓ ਤੇ ਮੇਰਾ ਅਕਾਲੀ ਦਲ ਦਾ ਨਿਕਲੇਗਾ ਵਿਰੋਧੀ ਤੁਹਾਡੇ ਔਰ ਖਾਸ ਕਰਕੇ ਕੁਝ ਲੋਕ ਤੁਹਾਡੀ ਪਾਰਟੀ ਚੋਂ ਤੁਹਾਨੂੰ ਅਨਾੜੀ ਕਿਉਂ ਮੰਨਦੇ ਨੇ ਉਹ ਕਹਿੰਦੇ ਨੇ ਕਿ ਜੌਬ ਕਰਨ ਵਾਲਾ ਬੰਦਾ ਸੀ ਇਹਨੂੰ ਕੀ ਪਤਾ ਰਾਜਨੀਤੀ ਦਾ ਤੇ ਤੁਹਾਡੇ ਸਾਹਮਣੇ ਬੀਜੇਪੀ ਵੀ ਆ ਰਹੀ ਹੈ ਤੁਹਾਡੇ ਸਾਹਮਣੇ ਆਮ ਆਦਮੀ ਪਾਰਟੀ ਵੀ ਆ ਰਹੀ ਤੇ ਤੁਹਾਡੇ ਸਾਹਮਣੇ ਕਾਂਗਰਸ ਵੀ ਹੈ ਇਹਨਾਂ ਚੋਂ ਕਿਸੇ ਨੂੰ ਚੁਣੌਤੀ ਸਮਝਦੇ ਚਣੌਤੀ ਤੇ ਹਮੇਸ਼ਾ ਹੁੰਦੀ ਆ ਤੇ ਫੇਰ ਹੀ ਜੋਰ ਲੱਗਦੇ ਆ ਚਣੌਤੀਆਂ ਨੇ ਉਹਨਾਂ ਨੂੰ ਸਰ ਕਰਨਾ ਸਾਡਾ ਫਰਜ਼ ਬਣਦਾ ਤੁਹਾਡੇ ਤੇ ਇਸ ਤਰੀਕੇ ਦਾ આરોਪ ਲਗਾਉਂਦੇ ਨੇ ਕਿ ਤੁਹਾਡਾ ਬੈਕਗ੍ਰਾਉਂਡ ਕਾਂਗਰਸੀ ਹੈ ਇਹ ਕਾਂਗਰਸੀ ਕੀ ਕਨੈਕਸ਼ਨ ਹੈ ਤੇ ਰਾਜਨਬੀਰ ਮੰਗਲ ਸਿੰਘ ਨੂੰ ਕੋਈ ਵੱਡਾ ਖਤਰਾ ਮਹਿਸੂਸ ਕਰਦੇ ਮੰਨਦੇ ਨੇ ਕਿ ਰਾਜਨਬੀਰ ਵਾਸਤੇ ਮੰਗਲ ਸਿੰਘ ਕੋਈ ਵੱਡੀ ਮੁਸੀਬਤ ਖੜੀ ਕਰ ਸਕਦਾ ਹੈ ਮੈਨੂੰ ਲੱਗਦਾ ਕਿ ਉਹਨਾਂ ਦੇ ਮਨ 'ਚ ਥੋੜਾ ਬਹੁਤਾ ਅਗਰੈਸਿਵ ਨੇਚਰ ਦੇ ਵਿੱਚ ਕਿਤੇ ਬੰਦੇ ਦੇ ਮਨ ਦੇ ਵਿੱਚ ਆ ਜਾਂਦਾ ਹੋ ਸਕਦਾ ਉਹਨਾਂ ਨੇ ਕਹਿ ਦਿੱਤਾ ਹੋਇਆ ਕਿ ਇਹਨੇ ਰਾਜਨਵੀਰ ਕਦੀ ਨਹੀਂ ਹਾਰਦਾ ਕਦੀ ਨਹੀਂ ਹਾਰੂਗਾ ਜੇ ਕਿਤੇ ਕੋਈ ਆਪਣੇ ਪਿੱਠ ਤੇ ਵਾਰ ਨਾ ਕਰੇ ਜਿਹੜੇ ਤੁਸੀਂ ਲਫ਼ਜ਼ ਬੋਲੇ ਕਿ ਰਾਜਨਵੀਰ ਕਦੀ ਨਹੀਂ ਹਾਰੂਗਾ ਵਾਹਿਗੁਰੂ ਕਿਰਪਾ ਕਰੇ ਅਰਦਾਸ ਬੇਨਤੀ ਤੁਹਾਡੀ ਕਬੂਲ ਹੋਵੇ ਮੇਰੀ ਵੀ ਅਰਦਾਸ ਬੇਨਤੀ ਰੋਜ਼ ਇਹੀ ਆ ਕਿ ਆਪਾਂ ਨਾ ਹਾਰੀਏ ਮਾਜਦੀ ਤਰਤੀ ਤੇ ਹਲਕਾ ਸ਼੍ਰੀ ਹਰਗੋਬਿੰਦਪੁਰ ਇਸ ਵੇਲੇ ਸੁਰਖੀਆਂ ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਜਦ ਤੋਂ ਰਾਜਨ ਵੀਰ ਸਿੰਘ ਹੋਣਾ ਨੂੰ ਟਿਕਟ ਅਨਾਉਸ ਹੋਈਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਤੋਂ ਵਿਰੋਧੀ ਬੇहद ਖੁਸ਼ ਨਜ਼ਰ ਆ ਰਹੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਹਾਲ ਅਸੀਂ ਤਾਂ ਸੀਟ ਜਿੱਤੇ ਪਏ ਆ ਰਾਜਨਬੀਰ ਸਿੰਘ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਤਾਰਿਆ ਗਿਆ ਮੈਦਾਨ ਦੇ ਵਿੱਚ ਅਨਾੜੀ ਇਹ ਰਾਜਨੀਤੀ ਦਾ ਸ਼ਾਇਦ ਉਹਨਬੋਤਾ ਪਤਾ ਵੀ ਨਹੀਂ ਪਰ ਕਿਤੇ ਸੁਪਨੇ ਚੱਕਣਾ ਚੂਰ ਨਾ ਹੋ ਜਾਣ ਹਕੀਕਤ ਕੀ ਹੈ ਅਸੀਂ ਜਾਣਦੇ ਹਾਂ ਰਾਜਨਬੀਰ ਸਿੰਘ ਕੋਲੋਂ ਸਾਡੇ ਨਾਲ ਨੇ ਰਾਜਨਬੀਰ ਸਿੰਘ ਰਾਜਨਬੀਰ ਜੀ ਆਖਿਰ ਇਹੋ ਜਿਹਾ ਤੁਹਾਡਾ ਕਿਹੜਾ ਕਾਰਨਾਮਾ ਸੀ ਕਿਹੜਾ ਕੰਮ ਸੀ ਜਿਹੜਾ ਅ ਵਿਕਰਮਜੀ ਸਿੰਘ ਮੈਂ ਜੀਟੀਐਨੂ ਕਹਿ ਦिए ਭਾ ਗਿਆ ਜਾਂ ਸ਼ਰਮਣੀ ਅਕਾਲੀ ਦਲ ਨੂੰ ਭਾ ਗਿਆ ਕਿ ਤੁਹਾਨੂੰ ਟਿਕਟ ਦੇ ਨਾਲ ਨਵਾਜ ਦਿੱਤਾ ਸਭ ਤੋਂ ਪਹਿਲਾਂ ਰਿਸ਼ਪਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਐਨਆਰਆਈ ਚੈਨਲ ਤੇ ਲੈ ਕੇ ਆਇਓ ਰਹੀ ਗੱਲ ਮੇਰੇ ਭਾਉਣ ਦੀ ਕੋਈ ਮੈਂ ਨਵਾਂ ਸਿਆਸਤ ਦੇ ਵਿੱਚ ਨਹੀਂ ਹੈ ਮੇਰਾ ਪਿਛੋਕੜ ਜੇ ਸਮਝ ਲਓ ਕਿ ਮੇਰਾ ਡੀਐਨਏ ਕਰਾ ਲਓ ਤੇ ਮੇਰਾ ਅਕਾਲੀ ਦਲ ਦਾ ਨਿਕਲੇਗਾ ਕਿਉਂਕਿ ਮੇਰੇ ਫਾਦਰ ਸਾਹਿਬ ਸਰਦਾਰ ਸਲੱਖਣ ਸਿੰਘ ਜੀ ਮਾਸਟਰ ਜੀ ਜਿਹੜੇ ਉਹਨਾਂ ਨੇ ਬੜਾ ਲੰਮਾ ਸਮਾਂ ਸ਼ਰੋਮਣੀ ਅਕਾਲੀ ਦੇ ਅਕਾਲੀ ਦਲ ਦੇ ਵਿੱਚ ਬਤੌਰ ਵਰਕਰ ਬਹੁਤ ਲੰਮਾ ਸਮਾਂ ਸੇਵਾ ਕੀਤੀ ਜਿਲੇ ਦੇ ਮੀਤ ਪ੍ਰਧਾਨ ਦੇ ਉਹਦੇ ਤੇ ਵੀ ਰਹੇ ਨੇ ਲੰਗਾ ਸਾਹਿਬ ਦੇ ਵੀ ਕਰੀਬ ਕਰੀਬੀ ਰਹੇ ਨੇ ਜਿੰਨੇ ਵੀ ਐਮਪੀ ਇਲੈਕਸ਼ਨ ਹੋਏ ਨੇ ਬਾਦ ਸਾਹਿਬ ਦੇ ਇਲੈਕਸ਼ਨ ਹੋਏ ਨੇ ਟਵਾਲ ਸਾਹਿਬ ਦੇ ਨਾਲ ਬੜਾ ਵਧੀਆ ਰਿਲੇਸ਼ਨ ਆ ਸੋਮ ਪ੍ਰਕਾਸ਼ ਜੀ ਨਾਲ ਵਧੀਆ ਰਿਲੇਸ਼ਨ ਆ ਸਾੰਪਲਾ ਜੀ ਨਾਲ ਵਧੀਆ ਰਿਲੇਸ਼ਨ ਆ ਇਹ ਤੋਂ ਪਹਿਲਾਂ ਬਸਪਾ ਦੇ ਨਾਲ ਜਿਹੜੇ ਗੱਠ ਜੋੜ ਹੁੰਦੇ ਨੇ ਈਵਨ ਉਹ ਉੱਥੇ ਵੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੌਰ ਤੇ ਗੱਠ ਜੋੜ ਨੂੰ ਨਿਭਾਉਂਦੇ ਰਹੇ ਆ। ਕੈਪਟਨ ਬਲਬੀਰ ਸਿੰਘ ਜੀ ਬਾਟਦੀਆਂ ਸਾਰੀਆਂ ਜੀ ਉਹਨਾਂ ਨੇ ਇਲੈਕਸ਼ਨਾਂ ਆਪਣੀਆਂ ਨਿੱਜੀ ਕਰਕੇ ਲੜੀਆਂ ਨੇ। ਈਵਨ ਇਥੋਂ ਪਹਿਲਾਂ ਮਨਜੀਤ ਸਿੰਘ ਮੱਨਾ ਜੀ ਦੀ ਇਲੈਕਸ਼ਨ ਦੇ ਵਿੱਚ ਸਭ ਤੋਂ ਵੱਡਾ ਰੋਲ ਸਾਡੇ ਪਰਿਵਾਰ ਦਾ ਰਿਹਾ। ਜੀ 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 ਪਰ ਰਾਜਨਬੀ ਜੀ ਬਿਸ਼ੱਕ ਤੁਹਾਨੂੰ ਗੁਰਤੀ ਰਾਜਨੀਤੀ ਦੀ ਹੈ ਜਾਨੀ ਕਿ ਤੁਹਾਡੇ ਪਿਤਾ ਜੀ ਰਾਜਨੀਤੀ ਦਾ ਤੁਰੰਦਰ ਖਿਲਾੜੀ ਸੀ ਵੱਖ-ਵੱਖ ਉਹਦੇ ਤੇ ਉਹਨਾਂ ਨੇ ਸ਼੍ਰੋਮਣੀ ਕਾਲੀ ਦਲ ਚ ਭਾਵੇਂ ਕੰਮ ਕੀਤਾ ਫਿਰ ਤੁਹਾਨੂੰ ਵਿਰੋਧੀ ਤੁਹਾਡੇ ਔਰ ਖਾਸ ਕਰਕੇ ਕੁਝ ਲੋਕ ਤੁਹਾਡੀ ਪਾਰਟੀ ਚੋਂ ਤੁਹਾਨੂੰ ਅਨਾਰੀ ਕਿਉਂ ਮੰਨਦੇ ਨੇ ਉਹ ਕਹਿੰਦੇ ਨੇ ਕਿ ਜੌਬ ਕਰਨ ਵਾਲਾ ਬੰਦਾ ਸੀ ਇਹਨੂੰ ਕੀ ਪਤਾ ਰਾਜਨੀਤੀ ਦਾ ਰਿਸ਼ਪਾਲ ਜੀ ਜਦੋਂ ਘਰ ਦੇ ਵਿੱਚ ਸਿਆਸੀ ਗੱਲਾਂ ਚੱਲਦੀਆਂ ਹੋਣ ਜਾਂ ਕੋਈ ਲਾ ਲੋ ਕੇ ਕੋਈ ਬਿਜ਼ਨਸਮੈਨ ਫੈਮਲੀ ਆ ਤੇ ਉਹਨਾਂ ਨੂੰ ਬਿਜ਼ਨਸ ਕਰਨ ਦਾ ਦੱਸਿਆ ਨਹੀਂ ਜਾਂਦਾ ਇਸੇ ਤਰ੍ਹਾਂ ਘਰ ਦੇ ਵਿੱਚ ਡੇਲੀ ਰੁਟੀਨ ਦੇ ਵਿੱਚ ਇਹੋ ਜੀਆਂ ਗੱਲਾਂ ਹੁੰਦੀਆਂ ਰਹੀਆਂ ਮੇਰਾ ਛੋਟੇ ਹੁੰਦੇ ਤੋਂ ਹੀ ਮੇਰੇ ਫਾਦਰ ਸਾਹਿਬ ਨੂੰ ਇਹੋ ਮਤਲਬ ਗਿਆਨ ਦਿੱਤਾ ਗਿਆ ਸੀ ਕਿ ਮਤਲਬ ਹਰ ਆਏ ਗਏ ਦਾ ਸਤਿਕਾਰ ਪਾਰਟੀ ਦੀ ਵਫਾਦਾਰੀ ਔਰ ਬੜੀ ਇਮਾਨਦਾਰੀ ਦੇ ਨਾਲ ਚੱਲਣਾ ਇਸ ਜਿਹੜਾ ਸਾਡੇ ਪਰਿਵਾਰ ਦਾ ਇੱਕ ਲੋਗੋ ਆ ਉਹ ਲੋਕਾਂ ਦੇ ਵਿੱਚ ਚਰਚਿਤ ਹੈ ਰਾਜਨਬੀਚੀ ਬਹੁਤ ਵੱਡੀ ਜ਼ਿੰਮੇਵਾਰੀ ਤੁਹਾਨੂੰ ਮਿਲੀ ਹੈ ਬਿਸ਼ੱਕ ਤੁਹਾਡੇ ਕੋਲ ਤੁਹਾਡੇ ਇਲਾਕੇ ਦਾ ਤੁਹਾਡੇ ਹਲਕੇ ਦਾ ਤਜਰਬਾ ਬਹੁਤ ਹੈ ਬਚਪਨ ਤੋਂ ਤੁਸੀਂ ਆਪਣੇ ਪਿਤਾ ਜੀ ਨਾਲ ਕੰਮ ਕਰ ਰਹੇ ਹੋ ਚੁਣੌਤੀ ਕੀ ਸਮਝਦੇ ਹੋ ਇਸ ਲਈ ਤੁਹਾਡੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਤੁਸੀਂ ਕਿਸੇ ਵਿਰੋਧੀ ਨੂੰ ਮੰਨਦੇ ਹੋ ਕਿਸੇ ਰਾਜਨੀਤਿਕ ਪਾਰਟੀ ਨੂੰ ਮੰਨਦੇ ਹੋ ਤੁਹਾਡੇ ਸਾਹਮਣੇ ਬੀਜੇਪੀ ਵੀ ਆ ਰਹੀ ਹੈ ਤੁਹਾਡੇ ਸਾਹਮਣੇ ਆਮ ਆਦਮੀ ਪਾਰਟੀ ਵੀ ਆ ਰਹੀ ਤੇ ਤੁਹਾਡੇ ਸਾਹਮਣੇ ਕਾਂਗਰਸ ਵੀ ਹੈ ਇਹਨਾਂ ਚੋਂ ਕਿਸੇ ਨੂੰ ਚੁਣੌਤੀ ਸਮਝਦੇ ਹੋ ਵੇਕਰਿਸ਼ਪਾਲ ਜੀ ਚੁਣੌਤੀ ਤੇ ਹਮੇਸ਼ਾ ਹੁੰਦੀ ਹੈ ਤੇ ਫੇਰੀ ਜੋਰ ਲੱਗਦੇ ਆ ਚੁਣੌਤੀਆਂ ਨੇ ਉਹਨਾਂ ਨੂੰ ਸਰ ਕਰਨਾ ਸਾਡਾ ਫਰਜ ਬਣਦਾ ਬੜੀ ਇਮਾਨਦਾਰੀ ਦੇ ਨਾਲ ਸ਼ਰੋਣੀ ਅਕਾਲੀ ਦਲ ਸਮੁੱਚੀ ਟੀਮ ਇੱਕ ਜਿਹੜੀ ਆ ਇਹਨਾਂ ਚੁਣੌਤੀਆਂ ਨੂੰ ਪਾਰ ਕਰੇਗੀ ਔਰ ਸ਼ਰੋਣੀ ਅਕਾਲੀ ਦਲ ਦੀ ਸਰਕਾਰ ਬਣਾਏਗੀ ਆਉਣ ਵਾਲੇ ਸਮੇਂ ਚ ਅੱਛਾ ਰਾਜਨਪੀਰ ਜੀ ਤੁਸੀਂ ਤੇ ਜੌਬ ਕਰਦੇ ਸੀ ਚੰਗੇਪੁਰ ਦੀ ਨੌਕਰੀ ਸੀ ਤੁਹਾਡੀ ਔਰ ਰਿਟਾਇਰਮੈਂਟ ਤੋਂ ਪਹਿਲਾਂ ਤੁਸੀਂ ਜੌਬ ਜਿਹੜੀ ਹੈ ਉਹ ਰਿਟਾਇਰਮੈਂਟ ਆਪ ਹੀ ਲੈ ਲਈ ਆਪਣੀ ਮਰਜ਼ੀ ਦੇ ਨਾਲ ਲੈ ਲਈ ਇਹ ਕੀ ਸਾਰਾ ਮਾਜਰਾ ਇਹ ਸੰਜੋਗ ਸੀ ਜਾਂ ਇੱਕ ਪਲਾਨਿੰਗ ਹੋ ਚੁੱਕੀ ਸੀ ਜਾਂ ਇਸ਼ਾਰਾ ਕਿਤੇ ਆ ਚੁੱਕਾ ਸੀ ਵੀ ਤੁਸੀਂ ਹੁਣ ਇਲੈਕਸ਼ਨ ਲੜਨੀ ਹੈ ਕੈਂਡੀਡੇਟ ਜੇ ਤੁਸੀਂ ਤਿਆਰੀ ਖਿੱਚ ਰਿਸ਼ਪਾਲ ਜੀ ਜਦੋਂ ਇਹ ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਨੇ ਤੇ ਹਲਕਾ ਰਿਜ਼ਰਵ ਹੋ ਗਿਆ ਬਾਹਰ ਦੇ ਕੈਂਡੀਡੇਟਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਇੱਕ ਇਲੈਕਸ਼ਨ ਆਪਾਂ ਲੜ ਕੇ ਵੇਖੀ ਤੁਗਾ ਸਾਹਿਬ ਦੇ ਟਾਈਮ ਮਨਾ ਜੀ ਆਏ ਬਾਹਰ ਉਹਨਾਂ ਦਾ ਵਿਰੋਧ ਹੋਇਆ ਈਵਨ ਮਨਾ ਜੀ ਨੇ ਵੀ ਇਸ ਚੀਜ਼ ਦਾ ਮੰਨਿਆ ਕਿ ਮੇਰਾ ਹਾਰਨ ਦਾ ਕਾਰਨ ਵੀ ਇੱਥੇ ਬਾਹਰ ਦਾ ਹੋਣਾ। ਫਿਰ ਜਦੋਂ ਲੋਕ ਆਵਾਜ਼ ਏ ਉੱਠੀ ਤੇ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਸਾਡੇ ਬੜੇ ਕਲੋਜ਼ ਫੈਮਿਲੀ ਰਿਲੇਸ਼ਨ ਉਹਨਾਂ ਦੇ ਨਾਲ ਮੈਂ ਉਹਨਾਂ ਦਾ ਬੜਾ ਬੜਾ ਭਗਤ ਜਿੰਨੂੰ ਕਹਿ ਲੋ ਮੈਂ ਮੈਨੂੰ ਹੈ ਉਹਨਾਂ ਨੂੰ ਆਈਕਨ ਮੰਨਦਾ। ਜਦੋਂ ਉਹਨਾਂ ਕੋ ਗੱਲ ਚੱਲ ਗਈ ਜਦੋਂ ਉਹਨਾਂ ਨੇ ਮੇਰੇ ਪਰਿਵਾਰ ਦੇ ਬਾਰੇ ਮੈਂ ਸਮਝਦਾ ਵੀ ਉਹਨਾਂ ਬਾਚਿਆ ਹੋਊਗਾ। ਤੇ ਸਮੂਚੇ ਜਿੰਨੇ ਵੀ ਸਾਡੇ ਸਰਕਲ ਪ੍ਰਦਾਨ ਜਿੰਨੇ ਵਰਕਰ ਉਹਨਾਂ ਸਾਰਿਆਂ ਨੇ ਅਪਰੋਚ ਕੀਤੀ ਹੈ ਹਾਈ ਕਮਾਂਡ ਨੂੰ ਕਿ ਸਾਨੂੰ ਰਾਜਨਬੀਰ ਦੇ ਪਰਿਵਾਰ ਦੇ ਵਿੱਚ ਮਾਸਟਰ ਜੀ ਦੇ ਪਰਿਵਾਰ ਦੇ ਵਿੱਚੋਂ ਰਾਜਨਬੀਰ ਸਾਨੂੰ ਬਤੌਰ ਕੈਂਡੀਡੇਟ ਦਿਓ ਕਿਹਾ ਸੋ ਤੁਹਾਡੇ ਹਲਕੇ ਦੇ ਵਿੱਚੋਂ ਬਹੁਤ ਸਾਰੇ ਨਾਮਰ ਚੇਰੀ ਨੇ ਨਾਮਰ ਲੀਡਰ ਨੇ ਸਤਿਕਾਰਯੋਗ ਨੇ ਜਿਨ੍ਹਾਂ ਦੇ ਇਸ਼ਾਰੇ ਦੇ ਉੱਤੇ ਜਿਤਹਾ ਦੇ ਫੈਸਲੇ ਹੁੰਦੇ ਨੇ ਮੈਂ ਗੱਲ ਕਰਾਂ ਵਿਕਰਮ ਜੀ ਆਪਣੇ ਕੈਪਟਨ ਬਲਬੀਰ ਸਿੰਘ ਬਾੜਥ ਸੋ ਕੀ ਤੁਸੀਂ ਕੈਪਟਨ ਬਲਬੀਰ ਸਿੰਘ ਬਾਠ ਬਾਠ ਜੀ ਦਾ ਸਾਥ ਰਾਜਨਬੀ ਇਹਨੂੰ ਕਿਹਾ ਸੈਪਟਨ ਬਲਬੀਰ ਸਿੰਘ ਬਾਠ ਜੀ ਮੇਰੇ ਪਿਤਾ ਸਮਾਨ ਨੇ ਔਰ ਮੇਰੇ ਫਾਦਰ ਸਾਹਿਬ ਹਰ ਉਹਨਾਂ ਦੀ ਉਸ ਇਲੈਕਸ਼ਨ ਦੇ ਵਿੱਚ ਇੱਕ ਧਿਰ ਬਣ ਕੇ ਚੱਲੇ ਠੀਕ ਹੈ ਔਰ ਅਸੀਂ ਵਫਾਦਾਰ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਰਹੇ ਹਾਂ ਉੱਥੇ ਵਫਾਦਾਰ ਬਾਠ ਪਰਿਵਾਰ ਦੇ ਵੀ ਰਹੇ ਔਰ ਇਹ ਜੱਗ ਜਾ ਰਿਹਾ ਜੀ 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 ਰਾਜਨਬੀ ਜੀ ਕਿਸੇ ਦਾ ਨਾਮ ਪੇਸ਼ ਕੀਤਾ ਜਾਂਦਾ ਫਿਰ ਉਹਦੇ ਵਾਸਤੇ ਜਿਹੜਾ ਨਾ ਥੋਕੇ ਦਾਵਾ ਵੀ ਕੀਤਾ ਜਾਂਦਾ ਸੋ ਰਾਜਨਪੀਰ ਦਾ ਨਾਮ ਜਿਹੜਾ ਪੇਸ਼ ਨਹੀਂ ਕੀਤਾ ਮੇਰਾ ਨਾਮ ਕੈਪਟਨ ਬਲਬੀਰ ਸਿੰਘ ਬਾਟ ਰਿਆੜ ਸਾਹਿਬ ਬਰਿਆਰ ਸਾਹਿਬ ਚੀਮਾ ਸਾਹਿਬ ਸਦੂਲ ਜੀ ਨੇ ਈਵਨ ਜਿਹੜੇ ਦੂਸਰੀਆਂ ਉੱਤੇ ਚੀਮਾ ਪਰਿਵਾਰ ਵੀ ਨੇ ਉਹ ਵੀ ਲਗਭਗ ਸਾਡੀ ਇਮਾਨਦਾਰੀ ਸਾਡੀ ਵਫਾਦਾਰੀ ਨੂੰ ਉਹ ਸਾਨੂੰ ਇਗਨੋਰ ਨਹੀਂ ਕਰ ਸਕਦੇ ਉਹ ਵੀ ਸਾਨੂੰ ਮੇਰੇ ਹੱਕ ਦੇ ਵਿੱਚ ਹੀ ਭੁਗਤੇ ਨੇ ਉਹ ਵੀ ਚਾਹੁੰਦੇ ਸਨ ਕਿ ਇਹੋ ਜਿਹਾ ਬੰਦਾ ਲੋਕਲ ਜਿਹੜਾ ਸਾਨੂੰ ਮਿਲੇ ਜੀ ਕੁਝ ਲੋਕ ਤੁਹਾਡੇ ਤੇ ਇਸ ਤਰੀਕੇ ਦਾ આરોਪ ਲਗਾਉਂਦੇ ਨੇ ਕਿ ਤੁਹਾਡਾ ਬੈਕਗ੍ਰਾਉਂਡ ਕਾਂਗਰਸੀ ਹੈ ਇਹ ਕਾਂਗਰਸੀ ਕੀ ਕਨੈਕਸ਼ਨ ਹੈ ਮੈਨੂੰ ਤੇ ਕੋਈ ਪਤਾ ਨਹੀਂ ਜੀ ਮੈਂ ਅਸੀਂ ਤੇ ਕਿਸੇ ਨੂੰ ਪੁੱਛ ਕੇ ਵੇਖ ਲਓ ਜੀ ਅਸੀਂ ਤੇ ਕਾਲੀ ਆਂ ਜੀ ਸ਼ੁਰੂ ਤੋਂ ਕਾਲੀ ਆਂ ਹੁਣ ਵੀ ਕਾਲੀ ਆਂ ਉਹ ਤੇ ਜੀ ਵੇਖੋ ਵਿਰੋਧੀ ਧਰਨੇ ਤੇ ਥੂੜੀਆਂ ਬੋਤੀਆਂ ਸ਼ਾਸਸ਼ਾਂ ਤੇ ਕਰਨੀਆਂ ਹੁੰਦੀਆਂ ਆ ਜਿਨ੍ਹਾਂ ਨੂੰ ਟਿਕਟ ਦੀ ਉਮੀਦ ਸੀ ਜਾਂ ਜਿਹੜੇ ਇਹ ਧਾਰ ਕੇ ਬੈਠੇ ਸੀ ਕਿ ਐਰ ਕੀ ਐਮਐਲਏ ਦੀ ਸੀਟ ਉਹਨਾਂ ਲੜਨੀ ਹੈ ਸ਼ਰੋਮਣੀ ਅਕਾਲੀ ਦਲ ਵੱਲੋਂ ਮੇਰੀ ਮੁਰਾਦ ਹੈ ਮੰਗਲ ਸਿੰਘ ਵੱਲੋਂ ਸੋ ਮੰਗਲ ਸਿੰਘ ਹੁਣ ਨਾਲ ਸਾਡੀ ਗੱਲ ਹੁੰਦੀ ਹੈ ਤੇ ਉਹ ਕਹਿੰਦੇ ਆ ਰਾਜਨਵੀਰ ਵਰੀ ਹਾਮੀ ਜੀ ਨਹੀਂ ਪਰਦੇ ਰਾਜਨਬੀਰ ਮੰਗਲ ਸਿੰਘ ਨੂੰ ਕੋਈ ਵੱਡਾ ਖਤਰਾ ਮਹਿਸੂਸ ਕਰਦੇ ਮੰਨਦੇ ਨੇ ਵੀ ਰਾਜਨਬੀਰ ਵਾਸਤੇ ਮੰਗਲ ਸਿੰਘ ਕੋਈ ਵੱਡੀ ਮੁਸੀਬਤ ਖੜੀ ਕਰ ਸਕਦਾ ਹਰਸ਼ਪਾਲ ਜੀ ਵੇਖੋ ਹਰ ਆਦਮੀ ਦੇ ਮਨ ਦੇ ਵਿੱਚ ਚਾਹਤ ਹੁੰਦੀ ਆ ਹਰ ਪੌੜੀ ਨੂੰ ਸਰ ਕਰਨਾ ਉੱਪਰ ਚੜ੍ਹਨਾ ਪਾਰਟੀ ਹਾਕਮਾਂ ਦਾ ਫੈਸਲਾ ਸਿਰ ਮੱਥੇ ਪਰਵਾਨ ਮੰਗਲ ਸਿੰਘ ਸਾਡੇ ਪਰਿਵਾਰ ਦਾ ਬਹੁਤ ক্লোਜ਼ ਮੈਂਬਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਉਹ ਮੈਂਬਰ ਨੇ ਇੱਕੋ ਸਿਪਾਈ ਨੇ ਤਕੜੇ ਔਰ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਉਹਨਾਂ ਦੇ ਮਨ 'ਚ ਥੋੜਾ ਬਹੁਤਾ ਅਗਰੈਸਿਵ ਨੇਚਰ ਦੇ ਵਿੱਚ ਕਿਤੇ ਬੰਦੇ ਦੇ ਮਨ ਦੇ ਵਿੱਚ ਆ ਜਾਂਦਾ ਹੋ ਸਕਦਾ ਉਹਨਾਂ ਨੇ ਕਹਿ ਦਿੱਤਾ ਹੋਵੇ ਪਰ ਮੈਨੂੰ ਵਿਸ਼ਵਾਸ ਆ ਕਿ ਉਹ ਸ਼ਰਮਣੀ ਅਕਾਲੀ ਦਲ ਦੇ ਨਾਲ ਜਿੱਦਾਂ ਪਿਛਲੇ ਸਮੇਂ ਦੌਰਾਨ ਉਹ ਵਫਾਦਾਰ ਤੌਰ ਤੇ ਇੱਕ ਵਰਕਰ ਵਫਾਦਾਰ ਤੌਰ ਤੇ ਖੜਾ ਰਹਿੰਦਾ ਉਦਾਂ ਹੀ ਖੜਾ ਹੀ ਰਹਿਣਗੇ ਰਾਜਨਬੀ ਜੀ ਅਕਸਰ ਕਿਹਾ ਜਾਂਦਾ ਹੈ ਮੈਂ ਹੁਣ ਤੁਹਾਡੇ ਤਹੀ ਉਹ ਲਾਈਨ ਜਿਹੜੀ ਕਹੀ ਜਾਂਦੀ ਹੈ ਨਾ ਮੈਂ ਥੋੜੀ ਕਹਿੰਦੇ ਰਾਜਨਬੀਰ ਕਦੀ ਨਹੀਂ ਹਾਰਦਾ ਕਦੀ ਨਹੀਂ ਹਾਰੂਗਾ ਜੇ ਕਿਤੇ ਕੋਈ ਆਪਣੇ ਪਿੱਠ ਤੇ ਵਾਰ ਨਾ ਕਰੇ ਮੈਂ ਅਰਦਾਸ ਬੇਨਤੀ ਕਰਦਾ ਜਿਹੜੇ ਤੁਸੀਂ ਲਫ਼ਜ਼ ਬੋਲੇ ਕਿ ਰਾਜਨਬੀਰ ਕਦੀ ਨਹੀਂ ਹਾਰੂਗਾ ਵਾਹਿਗੁਰੂ ਕਿਰਪਾ ਕਰੇ ਅਰਦਾਸ ਬੇਨਤੀ ਤੁਹਾਡੀ ਕਬੂਲ ਹੋਵੇ ਮੇਰੀ ਵੀ ਅਰਦਾਸ ਬੇਨਤੀ ਰੋਜ਼ ਇਹੀ ਆ ਕਿ ਆਪਾਂ ਨਾ ਹਾਰੀਏ ਪੰਥ ਦੀ ਲੋਕਾਂ ਦੀ ਜਿਹੜੀ ਸੋਚ ਨੂੰ ਲੈ ਕੇ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਨੇ ਮੇਰੇ ਤੇ ਵਿਸ਼ਵਾਸ ਦਿਵਾਇਆ ਜੀ ਕੈਪਟਨ ਬਲਬੀਰ ਸਿੰਘ ਬਾਠ ਰਿਆੜ ਸਾਹਿਬ ਬਰਿਆੜ ਸਾਹਿਬ ਇਹ ਜਿੰਨੇ ਵੀ ਸ਼ਖਸ ਨੇ ਇਹਨਾਂ ਨੇ ਮੇਰੀ ਤਰਫਦਾਰੀ ਕੀਤੀ ਆ ਜਿੰਨੇ ਵੀ ਵਰਕਰ ਸਹਿਬਾਨ ਜਿਹੜੇ ਚਾਹੁੰਦੇ ਸਨ ਕਿ ਸਾਨੂੰ ਪਿਛਲਿਆਂ 10 ਸਾਲਾਂ ਤੋਂ ਕਿ ਸਾਡਾ ਹਲਕੇ ਦਾ ਬੰਦਾ ਮਿਲੇ ਸਾਡਾ ਲੋਕਲ ਬੰਦਾ ਮਿਲੇ ਸਾਡੇ ਦੁੱਖ ਦਰਦ ਦੇ ਵਿੱਚ ਸ਼ਾਮਲ ਹੋਣ ਵਾਲਾ ਮਿਲੇ ਮੈਂ ਉਹਨਾਂ ਦੀਆਂ ਹਰ ਉਸ ਮਰਜ਼ੀ ਦੇ ਉੱਤੇ ਖਰਾ ਉਤਰਾਂ ਮੁੱਦੇ ਕੀ ਹੋਣਗੇ ਜਿੰਨਾ ਤੇ ਲੈ ਕੇ ਤੁਸੀਂ ਜਨਤਾ ਦੇ ਵਿੱਚ ਜਾਓਗੇ ਤੇ ਜਨਤਾ ਤੁਹਾਡੇ ਤੇ ਯਕੀਨ ਕਿਉਂ ਕਰੇਗੀ ਜਨਤਾ ਇਸ ਕਰਕੇ ਯਕੀਨ ਕਰੇਗੀ ਕਿ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਜ਼ਿੰਦਗੀ ਨੂੰ ਹੰਡਾਇਆ 22 ਸਾਲ ਦੀ ਬਤੌਰ ਮੱਛੀ ਪਾਲਣ ਅਫਸਰ ਸੀਨੀਅਰ ਮੱਛੀ ਪਾਲਣ ਅਫਸਰ ਫਿਸ਼ਰੀ ਐਕਸਟੈਂਸ਼ਨ ਅਫਸਰ ਦੀ ਪੋਸਟ ਤੇ ਉੱਤੇ ਮੈਂ ਰਿਆ ਐਡਮਿਨਿਸਟ੍ਰੇਸ਼ਨ ਦਾ ਤਜਰਬਾ ਵੀ ਆ ਪਰਿਵਾਰਕ ਪਿਛੋਕੜ ਆ ਪੋਲੀਟੀਕਲ ਫਾਦਰ ਸਾਹਿਬ ਮਦਰ ਸਾ ਮਦਰ ਮੇਰੇ ਦੋਵੇਂ ਟੀਚਰ ਰਹੇ ਨੇ ਘਰ ਦੇ ਉਤੋਂ ਹਮੇਸ਼ਾ ਹੀ ਅچھے ਸੰਸਕਾਰ ਮਿਲਦੇ ਰਹੇ ਨੇ ਔਰ ਮੈਂ ਸਮਝਦਾ ਕਿ ਸਭ ਤੋਂ ਜ਼ਿਆਦਾ ਪ੍ਰਾਇੋਰਟੀ ਜਿਹੜੀ ਆ ਉਹ ਸੰਸਕਾਰ ਜੇ ਦੇਣੇ ਹੋਣ ਤੇ ਐਜੂਕੇਸ਼ਨ ਆ ਔਰ ਤੋਂ ਬਾਅਦ ਜੇ ਬੰਦੇ ਦੀ ਹੈਲਥ ਠੀਕ ਆ ਤੇ ਹੈਲਥ ਆ ਮੁੱਦੇ ਮੁੱਦੇ ਕੀ ਹੋਣ ਨੇ ਮੁੱਦੇ ਜਿਹੜੇ ਇਹ ਕ腐ਸ਼ਨ ਜੋ ਪਿਛਲੇ ਸਮੇਂ ਦੌਰਾਨ ਹੋਈ ਆ ਕਾਂਗਰਸ ਨੇ ਲੁੱਟਿਆ ਗੁਟਕਾ ਸਾਫ ਦੀ ਸੌਂ ਖਾ ਕੇ ਸਰਕਾਰਾਂ ਬਣਾਈਆਂ ਨੇ ਜੇ ਲੋਕਲ ਐਮਐਲਏ ਸਾਹਿਬ ਦੀ ਗੱਲ ਕਰੀਏ ਤੇ ਬੱਚਾ ਬੱਚਾ ਮੈਂ ਮੂੰਹ ਕੋਈ ਇਹੋ ਜਿਹਾ ਲਫਜ਼ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਹਰ ਬੱਚੇ ਨੂੰ ਤੁਸੀਂ ਪੁੱਛ ਸਕਦੇ ਜੇ ਜਵਾਨ ਨੂੰ ਪੁੱਛ ਸਕਦੇ ਜੇ ਬਜ਼ੁਰਗ ਨੂੰ ਪੁੱਛ ਸਕਦੇ ਨੇ ਕਿ ਮਤਲਬ ਕੀ ਹੁੰਨ ਤਾਈਆਂ ਨੇ ਮੈਂ ਆਪਣਾ ਮਤਲਬ ਸਮਾਂ ਖਰਾਬ ਨਹੀਂ ਕਰਨਾ ਚਾਹੁੰਦਾ ਕਿ ਜੋ ਪਿਛਲੇ ਐਮਐਲਏ ਸਾਹਿਬ ਨੇ ਪਿਛਲੇ ਸਮੇਂ ਇਦਰਾਣ ਕੀਤਾ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਹੋਇਆ ਕੋਈ ਆਵਾਜ਼ ਨਹੀਂ ਉਠਾਈ ਗਈ ਵਿਧਾਨ ਸਭਾ ਦੇ ਵਿੱਚ ਕੋਈ ਕੁਐਸਚਨ ਇਹੋ ਜਿਹਾ ਨਹੀਂ ਜਿਹੜਾ ਹਲਕੇ ਦੀ ਡਵੈਲਪਮੈਂਟ ਜਾਂ ਹਲਕੇ ਦੇ ਦਰਦ ਨੂੰ ਮਹਿਸੂਸ ਕਰਦਾ ਹੋਵੇ ਵਿਧਾਨ ਸਭਾ ਦੇ ਵਿੱਚ ਬੋਲਿਆ ਗਿਆ ਹੋਵੇ ਪਰ ਤੁਹਾਡੇ ਕੋਲ ਤਕਰੀਬਨ 187 ਮੇਨ ਪਿੰਡ ਨੇ ਜਿਨ੍ਹਾਂ 'ਚ ਜਾ ਕੇ ਤੁਸੀਂ ਪ੍ਰਚਾਰ ਕਰਨਾ ਹੈ ਜੇਕਰ ਤੁਹਾਡੇ ਕੋਲ ਵਿਰੋਧੀ ਧਿਰ ਦੀ ਕੋਈ ਕਮਜ਼ੋਰੀ ਹੀ ਨਹੀਂ ਹੋਏਗੀ ਵਿਰੋਧੀ ਧਿਰ ਦਾ ਕੋਈ ਵੱਡਾ ਮੁੱਦਾ ਹੀ ਨਹੀਂ ਹੋਏਗਾ ਤੇ ਆਪਾਂ ਪ੍ਰਚਾਰ ਕੀ ਕਰਾਂਗੇ ਆਪਾਂ ਕੀ ਦੱਸਾਂਗੇ ਕਿਸੇ ਨੂੰ ਵੀ ਜਿਹੜਾ ਕੰਮ ਸਾਡਾ ਤੁਹਾਡਾ ਜਿਹੜਾ ਮੌਜੂਦਾ ਐਮਐਲਏ ਨਹੀਂ ਕਰ ਪਾਇਆ ਜਾ ਸਾਡਾ ਵਿਰੋਧੀ ਲੀਡਰ ਨਹੀਂ ਕਰ ਪਾਇਆ ਉਹ ਅਸੀਂ ਕਰਾਂਗੇ ਮੈਂ ਤਾਂ ਤੁਹਾਨੂੰ ਪੁੱਛਿਆ ਵੀ ਕੁਝ ਐਸੇ ਮੁੱਦੇ ਅਜੇ ਸਾਹਮਣੇ ਆ ਚੁੱਕੇ ਨੇ ਕਿ ਜਾਂ ਅਜੇ ਤੁਸੀਂ ਸਾਹਮਣੇ ਬੇਪਰਦਾ ਕਰਨਾ ਨਹੀਂ ਚਾਹੁੰਦੇ ਕਿਸੇ ਸਮੇਂ ਦਾ ਇੰਤਜ਼ਾਰ ਹੈ ਰਸ਼ਪਾਲ ਜੀ ਸਮੇਂ ਤੋਂ ਪਹਿਲਾਂ ਤੀਰ ਚਲਾਉਣਾ ਜਿਹੜਾ ਵਾ ਉਹ ਠੀਕ ਨਹੀਂ ਆ ਸਮਾਂ ਆ ਲੈਣ ਦਿਓ ਜੀ ਵੇਖੇ ਬੰਦੇ ਆ ਵੀ ਕਿਹੜਾ ਕੈਂਡੀਡੇਟ ਆਉਂਦਾ ਗਾੜੀ ਉਹਦੇ ਅਕੋਰਡਿੰਗ ਰਣਨੀਤੀ ਅਲਿਖੀ ਜਾਊਗੀ ਪਰਦਾ ਬੇਪਰਦਾ ਕਰ ਦਿਆਂਗੇ